ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਰਾਤੀ ਵਾਪਸ ਆ ਗਏ ਸੀਗੇ ਜੀ ਲਾਈਟ ਭੱਜੀ ਹੋਈ ਸੀਗੀ ਦਿਨੇ ਵੀ ਲਾਈਟ ਬਹੁਤ ਘੱਟ ਆਈ ਤੇ ਥੋੜੀ ਥਕਾਵਟ ਵੀ ਸੀਗੀ ਮਾਸੀ ਜੀ ਹੋਣੀ ਸਵੇਰੇ ਸਵੇਰੇ ਨਿਕਲ ਗਏ ਕਿਉਂਕਿ ਉਹ ਵੀ ਕਾਫੀ ਦਿਨਾਂ ਤੋਂ ਫਿਰ ਘਰ ਸੋਣਾ ਪਿਆ ਸੀਗਾ ਜਿਹੜਾ ਮੋਸਟ ਕਾਮਨ ਕੁਐਸਚਨ ਆਇਆ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਤਾਂ ਮੈਨੂੰ ਬਹੁਤ ਵਧੀਆ ਲੱਗੀ ਵੀ ਸਾਰਿਆਂ ਨੇ ਵੀਡੀਓ ਦੇਖੀਆਂ ਵਾਚ ਟਾਈਮ ਵੀ ਠੀਕ ਸੀ ਤੇ ਸਾਰਿਆਂ ਨੇ ਬੜੇ ਪਿਆਰ ਭਰੇ ਕਮੈਂਟ ਕੀਤੇ ਵੀ ਸਾਡੀਆਂ ਯਾਦਾਂ ਨੇ ਸਜੂਰ ਸਾਹਿਬ ਨਾਲ ਵਾਹਿਗੁਰੂ ਬਹੁਤ ਮਤਲਬ ਕਿ ਖੁਸ਼ੀ ਹੋਈ ਦੇਖ ਕੇ ਵੀ ਸਾਰਿਆਂ ਤੇ ਜਿਹੜੀ ਦੂਜੀ ਗੱਲ ਸੀਗੀ ਜਿਹੜਾ ਮੇਨ ਕੁਐਸਚਨ ਦੀ ਆਪਾਂ ਗੱਲ ਕਰ ਰਹੇ ਸੀ ਉਹ ਸੀਗਾ ਵੀ ਤੁਹਾਡੇ ਹਜ਼ੂਰ ਸਾਹਿਬ ਦਾ ਟ੍ਰਿਪ ਅਸੀਂ ਕਿਵੇਂ ਪਲਾਨ ਕਰੀਏ ਵੀ ਜਹਾਜ਼ ਦੇ ਵਿੱਚ ਆ ਰੇਲ ਦੇ ਵਿੱਚ ਕਿੰਨਾ ਖਰਚਾ ਆ ਜਾਂਦਾ ਕਿੰਨੇ ਦਿਨਾਂ ਵਾਸਤੇ ਸੋ ਇਹ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਆਪਾਂ ਸਾਰੀਆਂ ਤੁਹਾਨੂੰ ਗੱਲਾਂ ਦੱਸਾਂਗੇ ਜੀ ਵੀ ਤੁਸੀਂ ਕਿਵੇਂ ਜਾ ਸਕਦੇ ਹੋ ਕੀ ਸਿਸਟਮ ਕਿੰਨੇ ਦਿਨ ਦਾ ਤੁਸੀਂ ਟ੍ਰਿਪ ਪਲਾਨ ਕਰ ਸਕਦੇ ਹੋ ਸੋ ਵੀਡੀਓ ਨੂੰ ਸਾਰਿਆਂ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਜੇ ਆਪਾਂ ਨੇ ਹਜ਼ੂਰ ਸਾਹਿਬ ਜਾਣਾ ਤੇ ਆਪਣੇ ਕੋਲ ਕਾਫੀ ਸਾਰੀਆਂ ਆਪਸ਼ਨਸ ਹੈਗੀਆਂ ਆਪਾਂ ਟ੍ਰੇਨ ਦੇ ਥਰੂ ਵੀ ਜਾ ਸਕਦੇ ਹਾਂ ਪਲੇਨ ਦੇ ਥਰੂ ਵੀ ਜਾ ਸਕਦੇ ਹਾਂਗੇ ਤੇ ਆਪਾਂ ਆਪਣੀ ਗੱਡੀ ਵੀ ਲੈ ਕੇ ਜਾ ਸਕਦੇ ਆਗੇ ਤੇ ਇਹ ਤੋਂ ਬਿਨਾ ਤਿੰਨ ਹੋਰ ਆਪਸ਼ਨ ਨੇ ਤੇ ਇਹ ਤੋਂ ਅਗਲਾ ਆਪਸ਼ਨ ਹੈਗਾ ਜੀ ਮੋਟਰਸਾਈਕਲ ਜੋ ਕਿ ਥੋੜਾ ਜਿਹਾ ਔਖਾ ਵਾ ਤੇ ਸਾਰੇ ਬੰਦੇ ਨਹੀਂ ਕਰ ਸਕਦੇ ਹੈਗੇ ਤੇ ਨੈਕਸਟ ਆਪਸ਼ਨ ਹੈਗਾ ਜੀ ਆਪਣਾ ਸਾਈਕਲ ਵਾਲਾ ਇਹਦੇ ਉੱਤੇ ਵੀ ਕਈ ਬੰਦੇ ਜਾਂਦੇ ਨੇ ਲੋਕਲ ਜਿਵੇਂ ਅਨੰਦਪੁਰ ਸਾਹਿਬ ਤਾਂ ਜਾਂਦੇ ਨੇ ਬਟ ਕਈ ਦੂਰ ਦੂਰ ਵੀ ਜਾਂਦੇ ਨੇ ਅੱਜ ਕੱਲ ਤਾਂ ਇਹ ਕਾਫੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜਿਹੜਾ ਸਾਈਕਲਿੰਗ ਵਾਲਾ ਪੰਜਾਬ ਦੇ ਵਿੱਚ ਪੀਜਾ ਆਪਸ਼ਨ ਹੈਗਾ ਜੀ ਤੁਰਕੇ ਵਾਲਾ ਹਲੇ ਵੀ ਸੰਗਤ ਜਾਂਦੀ ਹੈ ਤੇ ਇੱਕ ਬਾਪੂ ਜੀ ਮੈਂ ਸੁਣਿਆ ਉਹ ਛੇਵੀਂ ਵਾਰ ਜਾ ਰਹੇ ਨੇ ਪੰਜੇ ਤਖਤਾਂ ਦੀ ਤੁਰਕੇ ਯਾਤਰਾ ਤੇ ਇਸ ਤੋਂ ਲਾ ਮਾਸਟਰ ਜੀ ਨੇ ਵੀ ਦੱਸਿਆ ਸੀ ਉਹਨਾਂ ਦੀ ਸ਼ਾਇਦ ਰਿਸ਼ਤੇਦਾਰੀ ਦੇ ਵਿੱਚ ਜਾਂ ਉਹਨਾਂ ਦੇ ਕੋਈ ਫਰੈਂਡ ਸਰਕਲ ਦੇ ਵਿੱਚ ਵੀ ਕੋਈ ਤੁਰਕੇ ਗਿਆ ਸੀਗਾ ਹਜੂਰ ਸਾਹਿਬ ਤੱਕ ਤੇ ਇਹ ਚੀਜ਼ ਦੀ ਮੈਨੂੰ ਇਸ ਟਾਈਮ ਜਿਹੜੀ ਔਖੀ ਗੱਲ ਲੱਗਦੀ ਹੈ ਤੇ ਖਤਰਾ ਲੱਗਦਾ ਉਹ ਹੈਗਾ ਵੀ ਹੁਣ ਹਾਈਵੇ ਬਣ ਗਏ ਤੇ ਸੜਕਾਂ ਬਹੁਤ ਚੱਲਦੀਆਂ ਨੇ ਗੱਡੀਆਂ ਬਹੁਤ ਤੇਜ਼ ਆਉਂਦੀਆਂ ਨੇ ਪਿੱਛੇ ਜੇ ਇੱਕ ਮੁੰਡੇ ਦਾ ਐਕਸੀਡੈਂਟ ਹੋਇਆ ਜਿਹੜਾ ਆਲ ਇੰਡੀਆ ਦਾ ਟੂਰ ਕਰ ਰਿਹਾ ਸੀ ਸਕੇਟਬੋਰਡ ਉੱਤੇ ਪੰਜਾਬ ਦੇ ਵਿੱਚ ਉਹਦੇ ਵਿੱਚ ਟਰੱਕ ਵੱਜਿਆ ਬਟ ਇਹ ਵੀ ਚੂਜ਼ ਕੀਤਾ ਜਾ ਸਕਦਾ ਵਾ ਇਹਦੇ ਲਈ ਤੁਹਾਡੇ ਚ ਬਹੁਤ ਸਬਰ ਚਾਹੀਦਾ ਹਿੰਮਤ ਚਾਹੀਦੀ ਹੈ ਤਾਕਤ ਚਾਹੀਦੀ ਹੈ ਸ਼ਰਧਾ ਚਾਹੀਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਜੀ ਸਭ ਤੋਂ ਮੇਨ ਪਹਿਲੇ ਸਾਧਨ ਦੀ ਉਹ ਹੈਗਾ ਜੀ ਪਲੇਨ ਤੇ ਆਪਾਂ ਫਲਾਈਟ ਦੇ ਥਰੂ ਵੀ ਆਪਾਂ ਜਾ ਸਕਦੇ ਹਾਂਗੇ ਤੇ ਪਹਿਲਾਂ ਸੰਗਤਾਂ ਦੇ ਲਈ ਬਹੁਤ ਸੌਖਾ ਸੀਗਾ ਕਿਉਂਕਿ ਲੋਕ ਮਤਲਬ ਨਦੀਰ ਸਾਹਿਬ ਤੱਕ ਦੀਆਂ ਫਲਾਈਟ ਚੱਲਦੀਆਂ ਸੀਗੇ ਆਪਾਂ ਚੰਡੀਗੜ੍ਹ ਤੋਂ ਨਦੀਰ ਸਾਹਿਬ ਜਾ ਸਕਦੇ ਸੀ ਅੰਮ੍ਰਿਤਸਰ ਤੋਂ ਜਾ ਸਕਦੇ ਸੀਗੇ ਤੇ ਪਰ ਹੁਣ ਉਹ ਫਲਾਈਟਸ ਕੋਵਿਡ ਕਰਕੇ ਉਡੋਦੀਆਂ ਬੰਦ ਹੋਈਆਂ ਨੇ ਹਲੇ ਤੱਕ ਸਟਾਰਟ ਨਹੀਂ ਹੋਈਆਂ ਸਾਨੂੰ ਪਤਾ ਲੱਗਿਆ ਸੀਗਾ ਕਿ ਹੁਣ ਉਹ ਫਿਰ ਤੋਂ ਸਟਾਰਟ ਕਰਨ ਦੀ ਪਲੈਨਿੰਗ ਚੱਲ ਰਹੀ ਆ ਹੋ ਸਕਦਾ ਕਿ ਨੈਕਸਟ ਮੰਥ ਤੱਕ ਵੀ ਸਟਾਰਟ ਹੋ ਜਾਣਾ ਜਿਹੜੀ ਹੁਣ ਇਸ ਟਾਈਮ ਫਲਾਈਟਸ ਚੱਲ ਰਹੀਆਂ ਨੇ ਉਹ ਚੱਲ ਰਹੀਆਂ ਨੇ ਅਮਰਸਾਰ ਤੋਂ ਹਾਈਦਰਾਬਾਦ ਬਟ ਉਹਦੇ ਵਿੱਚ ਇੱਕ ਸਟਾਪ ਆਉਂਦਾ ਵਾ ਸੋ ਦਿੱਲੀ ਤੋਂ ਹਾਈਦਰਾਬਾਦ ਸ਼ਾਇਦ ਡਾਇਰੈਕਟ ਆ ਜੇ ਸਾਡੀ ਇਨਫੋਰਮੇਸ਼ਨ ਗਲਤ ਨਹੀਂ ਜੋ ਅਸੀਂ ਚੈੱਕ ਕੀਤਾ ਸੀਗਾ ਜੋ ਸਾਨੂੰ ਉੱਥੇ ਦਿਖਿਆ ਤੇ ਉੱਥੋਂ ਜਦ ਆਪਾਂ ਹਾਈਦਰਾਬਾਦ ਤੋਂ ਚੱਲਦੇ ਹਾਈਦਰਾਬਾਦ ਲਗਭਗ ਨਾ ਡੇਢ ਸਾਬ ਤੋਂ 270 75 ਕਿਲੋ ਜਾ ਜਿੱਦਾਂ ਮੈਨੂੰ ਮੁੰਡੇ ਮਿਲੇ ਸੀਗੇ ਸਬਸਕ੍ਰਾਈਬਰ ਸੀਗੇ ਉਹ ਕਹਿੰਦੇ ਅਸੀਂ ਪਲੇਨ ਦੇ ਵਿੱਚ ਆਏ 에ਅਰਪੋਰਟ ਤੋਂ ਬੱਸ ਅੱਡੇ ਤੇ ਗਏ ਬੱਸ ਅੱਡੇ ਤੋਂ ਅਸੀਂ ਨਾਨਕਚੀਰਾ ਸਾਹਿਬ ਦੀ ਬੱਸ ਫੜੀ ਬੱਸ ਜ ਨਾਨਕਚੀਰਾ ਸਾਹਿਬ ਆਏ ਉੱਥੇ ਰਹੇ ਨਾਨਕਚੀਰਾ ਸਾਹਿਬ ਤੋਂ ਬੱਸ ਫੜ ਕੇ ਫਿਰ ਨਾਦੇੜ ਸਾਹਿਬ ਆਏ ਬਟ ਉਹਨਾਂ ਨੇ ਆਪ ਦੱਸਿਆ ਉਹ ਕਹਿੰਦੇ ਸਾਡੀ ਥੋੜੀ ਜੀ ਬੱਸ ਹੋ ਗਈ ਅਸੀਂ ਸੀਗੇ ਵੀ ਮੁੰਡੇ ਵੀ ਤਾਂ ਕਰਕੇ ਸਾਨੂੰ ਇੰਨਾ ਔਖਾ ਨਹੀਂ ਹੋਇਆ ਇੱਕ ਹੋਰ ਆਪਾਂ ਨੂੰ ਮਿਲੇ ਸੀ ਲੁਧਿਆਣੇ ਦੇ ਅੰਕਲ ਜੀ ਉਹ ਫੈਮਿਲੀ ਦੇ ਨਾਲ ਗੱਡੀ ਦੇ ਵਿੱਚ ਜਾ ਰਹੇ ਸੀ ਉਹ ਸਾਨੂੰ ਨਾਨਕਚੀਰੇ ਮਿਲੇ ਸੀਗੇ ਉਹ ਵੀ ਜਹਾਜ਼ਾਂ ਹੀ ਆ ਰਹੇ ਸੀਗੇ ਜਹਾਜ਼ ਦੀ ਟਿਕ ਲਗਭਗ ਥੋੜੀ ਬਹੁਤੀ ਘਟ ਵੀ ਸਕਦੀ ਹੈ ਥੋੜੀ ਬਹੁਤੀ ਵੱਧ ਵੀ ਸਕਦੀ ਹੈ ਇਹ ਡਿਪੈਂਡ ਕਰਦਾ کئی-ਕਈ ਵਾਰ ਮਤਲਬ ਜਦੋਂ ਪਹਿਲਾਂ ਚੈੱਕ ਕੀਤਾ ਸੀਗਾ 9000 10000 ਵੀ ਸ਼ੋਅ ਕਰ ਰਹੇ ਸੀਗੇ ਉਦੋਂ ਆਨਲਾਈਨ ਮੈਂ ਮਤਲਬ ਚੈੱਕ ਕੀਤਾ ਸੀਗਾ ਤੇ ਇਹ ਡਿਪੈਂਡ ਕਰਦਾ ਵਧਦੀਆਂ ਨੇ ਘਟਦੀਆਂ ਨੇ ਪਰ ਐਵੇਂ ਆ ਕਿ ਇਹ ਥੋੜਾ ਡਿਫਿਕਲਟ ਹੈ ਜਿਨਾਂ ਤੇ ਡਾਇਰੈਕਟ ਫਲਾਈਟਸ ਚੱਲਦੀਆਂ ਨਹੀਂ ਹੈਗੀਆਂ ਕਿਉਂਕਿ ਪਹਿਲਾਂ ਆਪਾਂ ਦਿੱਲੀ ਜਾਵਾਂਗੇ ਜਾਂ ਅਮਰਸਾਰ ਜਾਵਾਂਗੇ ਫਿਰ ਹਾਈਦਰਾਬਾਦ ਤੋਂ ਜਾਣਾ 6 ਘੰਟੇ ਲੱਗ ਜਾਂਦੇ ਨੇ ਕਹ ਹੋਰ ਗੱਲ ਹੈ ਜਿਹੜੀ ਮੈਂ ਟਿਕਟ ਦਸੀਆ ਵਨ ਵੇ ਟਿਕਟ ਸੀਗੀ ਜੇ ਤੁਸੀਂ ਦੋ ਵੇ ਲੈਣੀਆਂ ਤਾਂ ਇਹਨੂੰ ਫਿਰ ਦੁੱਗਣਾ ਕਰ ਦੋ ਬਾਕੀ ਇਹ ਚੀਜ਼ਾਂ ਵੇਰੀ ਕਰਦੇ ਨੇ ਤੁਸੀਂ ਕਿੰਨੀ ਛੇਤੀ ਕਰਾਉਣੀ ਹੈ ਤੁਸੀਂ ਪਹਿਲਾਂ ਟਿਕਟ ਬੁੱਕ ਕਰਾ ਲਈਏ ਬਿਲਕੁਲ ਤੁਸੀਂ ਟਾਈਮ ਤੇ ਕਰਾ ਰਹੇ ਹੋ ਪਰ ਲਗੇਜ ਦੀ ਗੱਲ ਕਰੀਏ ਤਾਂ ਮੇਨ ਲਗੇਜ ਜਿਹੜਾ ਬੈਗ ਆ 15 ਕਿਲੋ ਤੱਕ ਦਾ ਹੋ ਸਕਦਾ ਤੇ ਦੂਜਾ ਆਈ ਥਿੰਕ 7-8 ਕਿਲੋ ਤੱਕ ਦਾ ਹੋ ਸਕਦਾ ਜਿਹੜਾ ਹੈਂਡ ਬੈਗ ਹੁੰਦਾ ਵਾ ਬਾਕੀ ਉਹ ਡਿਪੈਂਡ ਕਰਦਾ ਫਲਾਈਟਸ ਤੇ ਉੱਪਰ ਜਿੱਦਾਂ ਦੀ ਤੁਸੀਂ ਟਿਕਟ ਲੈਣੇ ਆ ਉਹਦੇ ਤੇ ਫਲਾਈਟ ਆਈ ਥਿੰਕ ਉਹਦੇ ਲਈ ਠੀਕ ਰਹੂਗੀ ਜਿਨੇ ਥੋੜੀ ਦੇਰ ਲਈ ਹੋਣਾ ਜ ਅਸੀਂ ਛੇਤੀ ਛੇਤੀ ਦਰਸ਼ਨ ਕਰਕੇ ਮੁੜਨਾ ਵਾ ਬੰਦੇ ਦੇ ਲਗਭਗ ਤੁਸੀਂ ਲਾ ਲੋ ਫਲਾਈਟ ਦੇ 2 ਘੰਟੇ ਲੱਲੇ ਭੱਬੇ ਦੇ 2-4 ਘੰਟੇ ਫਿਰ 6 ਘੰਟੇ ਉੱਥੋਂ ਨਾ 1.5 ਸਭ ਨੂੰ ਆਉਣ ਦੇ ਲੱਗ ਜਾਂਦੇ ਨੇ ਫਲ ਮਲਾ ਕੇ ਇੱਕ ਬੰਦੇ ਦਾ ਖਰਚਾ 10000 ਆ ਜਾਂਦਾ ਵਾ ਤੋਂ ਬਾਅਦ ਗੱਲ ਕਰਦੇ ਆਂਗੇ ਟ੍ਰੇਨ ਦੀ ਤੇ ਮੈਨੂੰ ਲੱਗਦਾ ਕਿ ਟ੍ਰੇਨ ਸਭ ਤੋਂ ਜ਼ਿਆਦਾ ਈਜ਼ੀ ਰਹੂਗਾ ਜਿੰਨਾ ਚਿਰ ਪੂਰਾ ਤੇ ਮੋਸਟ ਕਾਮਨ ਆਪਸ਼ਨ ਵੀ ਆਈ ਥਿੰਕ ਟ੍ਰੇਨ ਜਾਂ ਸਾਰੇ ਜ਼ਿਆਦਾ ਟ੍ਰੇਨ ਦੇ ਵਿੱਚ ਜਾਂਦੇ ਨੇ ਤੇ ਇਹਦੇ ਐਵੇਂ ਆ ਕਿ ਮਤਲਬ ਜਦੋਂ ਫਸਟ ਟਾਈਮ ਗਏ ਸੀ ਸੈਕਿੰਡ ਟਾਈਮ ਗਏ ਆ ਮੈਂ ਭੈਣ ਜੀ ਹੋਣਾ ਤੇ ਥਰਡ ਟਾਈਮ ਗਏ ਮਤਲਬ ਜੇ ਤਤਕਾਲ ਚ ਲੈਣੇ ਆ ਫਿਰ ਜ਼ਰੂਰ ਮਹਿੰਗੀਆਂ ਪੈਂਦੀਆਂ ਨੇ ਜਦੋਂ ਮੈਂ ਵਾਪਸ ਆਈ ਸੀਗੀ ਤਤਕਾਲ ਦੇ ਵਿੱਚ ਲੈ ਕੇ ਦਲੇਰਕੌਰ ਭੈਣ ਜੀ ਹੋਣਾ ਨਾਲ ਉਦੋਂ ਉਹੀ ਟਿਕਟ ਸਾਨੂੰ 6000 ਰੁਪਏ ਦੇ ਵਿੱਚ ਇੱਕ ਪਾਸੇ ਦੀ ਪਈ ਸੀਗੀ ਏਸੀ 3rd ਕਲਾਸ ਪਿਛਲੀ ਵੀਡੀਓ ਦੇਖਿਓ ਉਹਦੇ ਵਿੱਚ ਤੁਹਾਨੂੰ ਟ੍ਰੇਨ ਦਾ ਸਿਸਟਮ ਸਮਝ ਆ ਗਿਆ ਹੁੰਦਾ ਇੱਕ ਫਸਟ ਕਲਾਸ ਹੁੰਦੀ ਹੈ ਇੱਕ ਸੈਕੰਡ ਕਲਾਸ ਹੁੰਦੀ ਹੈ ਤੇ ਇੱਕ 3rd ਕਲਾਸ ਹੁੰਦੀ ਹੈ ਤੇ ਇੱਕ ਪੈਸੇਂਜਰ ਹੁੰਦੀ ਆ ਸਲੀਪਰ ਸੋ ਸਲੀਪਰ ਮੈਂ ਇਹ ਹੁਣ ਜਾ ਕੇ ਆਈ ਆ ਨਾ ਵਾਦ ਦੇਣ ਵਾਦ ਪਹਿਲੀ ਫਸਟ ਕਲਾਸ ਦੀ ਉਹਦੀ ਇੱਕ ਸਾਈਡ ਦੀ ਟਿਕਟ ਦੱਸ ਰਹੀ ਹਾਂ ਮੈਂ ਤੁਹਾਨੂੰ 5000 ਮੇਰੇ ਤੇ ਜਿਹੜੀ ਦੂਜੀ ਆ ਜਾਂਦੀ ਆ ਉਹਦੇ ਵਿੱਚ ਤੁਹਾਨੂੰ ਲਗਭਗ 3000 ਪੇ ਕਰਨਾ ਪੈਂਦਾ ਤੇ ਜਿਹੜੀ ਏਸੀ ਥਰਡ ਕਲਾਸ ਆ ਤਿੰਨੇ ਏਸੀ ਨੇ ਇਹਦੇ ਵਿੱਚ ਫਿਕਰ ਕਰਨ ਦੀ ਲੋੜ ਨਹੀਂ ਵੀ ਕਿਤੇ ਥਰਡ ਕਲਾਸ ਆ ਤਾਂ ਉਹਦੇ ਵਿੱਚ ਏਸੀ ਨਹੀਂ ਹੋਗਾ ਥਰਡ ਕਲਾਸ ਲਗਭਗ 2000 ਦੇ ਆ ਜਾਂਦੀ ਆ ਬਸ ਪੈਸੈਂਜਰਸ ਦੀ ਗਿਣਤੀ ਦਾ ਫਰਕ ਪੈ ਜਾਂਦਾ ਥਰਡ ਕਲਾਸ ਦੇ ਵਿੱਚ ਥੋੜੀਆਂ ਵੱਧ ਸੀਟਸ ਹੁੰਦੀਆਂ ਨੇ ਸੈਕਿੰਡ ਦੇ ਵਿੱਚ ਘੱਟ ਹੁੰਦੀਆਂ ਨੇ ਫਰਸਟ ਦੇ ਵਿੱਚ ਜਿਆਦਾ ਪ੍ਰਾਈਵੇਸੀ ਹੁੰਦੀ ਆ ਤੇ ਸੀਟਸ ਵੀ ਘੱਟ ਹੁੰਦੀਆਂ ਨੇ ਬਾਕੀ ਵਾਸ਼ਰੂਮ ਸਾਰਾ ਕੁਝ অলਮੋਸਟ ਸੇਮ ਹੀ ਹੁੰਦਾ ਵਾ ਕੰਫਰਟ ਦਾ ਥੋੜਾ ਜਿਹਾ ਫਰਕ ਹੁੰਦਾ ਤੇ ਇਸ ਤੋਂ ਬਾਅਦ ਆ ਜਾਂਦੀ ਆ 슬ੀਪਰ ਕਲਾਸ ਤੇ 슬ੀਪਰ ਕਲਾਸ ਦੇ ਵਿੱਚ 800 ਰੁਪਿਆ ਟਿਕਟਾ ਜ ਤੇ ਉਸਲੀਪਰ ਕਲਾਸੇ ਵਿੱਚ ਇਹ ਹੁੰਦਾ ਕਿ ਏਸੀ ਨਹੀਂ ਹੁੰਦਾ ਬਾਕੀ ਸੌਣ ਦੇ ਲਈ ਤੁਹਾਨੂੰ ਸੀਟ ਮਿਲਦੀ ਹੈਗੀ ਰਾਤ ਨੂੰ ਤੇਾਰੇ ਆ ਕਿ ਏਸੀ ਨਾ ਹੋਣ ਦੀ ਵਜ੍ਹਾ ਕਰਕੇ ਲੰਬਾ ਸਫਰਾ ਕਈ ਵਾਰ ਗਰਮੀ ਹੁੰਦੀ ਹੈ ਤੇ ਉਹਦੇ ਵਿੱਚ ਹੋਰ ਸਵਾਰੀਆਂ ਵੀ ਚੜ੍ਹ ਜਾਂਦੀਆਂ ਹਾਂ ਹਾਂਜੀ ਹੋਰ ਸਵਾਰੀਆਂ ਵੀ ਚੜ੍ਹ ਜਾਂਦੀਆਂ ਨੇ ਕੋਈ ਐਨੀ ਮਤਲਬ ਜਿਵੇਂ ਇੰਨਾ ਚ ਗੇਟ ਲੱਗ ਜਾਂਦੇ ਨੇ ਏਸੀ ਫਸਟ ਸੈਕਿੰਡ ਥਰਡ ਦੇ ਵਿੱਚ ਕੋਈ ਹੋਰ ਐਂਟਰ ਨਹੀਂ ਕਰਦਾ ਪਰ ਉਹਦੇ ਚ ਪ੍ਰਾਈਵੇਸੀ ਦਾ ਚੋਰੀ ਦਾ ਥੋੜਾ ਜਿਹਾ ਡਰ ਹੋ ਸਕਦਾ ਵਾ ਜੇ ਆਪਾਂ ਟ੍ਰੇਨਸ ਦੀ ਗੱਲ ਕਰੀਏ ਪੰਜਾਬ ਚੋਂ ਮੇਨ ਦੋ ਟ੍ਰੇਨਸ ਚੱਲਦੀਆਂ ਨੇ ਇੱਕ ਤਾਂ ਅਮਰitsar ਤੋਂ ਚੱਲਦੀ ਜਿਹੜੀ ਸਤਖੰਡ ਐਕਸਪ੍ਰੈਸ ਆ ਇੱਕ ਗੰਗਾਨਗਰ ਤੋਂ ਚੱਲਦੀ ਆ ਜਿਹੜੀ ਬਠਿੰਡੇ ਦੇ ਵਿੱਚ ਦੀ ਹੋ ਕੇ ਜਾਂਦੀ ਆ ਤੇ ਇੱਕ ਸ਼ਾਇਦ ਜੇ ਮੈਂ ਗਲ ਸੋ ਹੁਣ ਕਾਫੀ ਟ੍ਰੇਨਸ ਚੱਲ ਰਹੀਆਂ ਨੇ ਤੇ ਜਿਹੜੀਆਂ ਇਹ ਟ੍ਰੇਨਸ ਦਾ ਪ੍ਰਾਈਸ ਆ ਇਹ ਆਲਮੋਸਟ ਸੇਮ ਹੀ ਆ ਗੰਗਾ ਨਗਰ ਵਾਲੀ ਦਾ ਤੇ ਜਿਹੜੀ ਸੱਚਖੰਡ ਐਕਸਪ੍ਰੈਸ ਆ ਉਹਦਾ ਤੇ ਜਿਹੜੀ ਅਸੀਂ ਇੱਕ ਹੋਰ ਗੱਲ ਨੋਟ ਕੀਤੀ ਆ ਜਿਹੜੀ ਗੰਗਾ ਨਗਰ ਵਾਲੀ ਬਠਿੰਡੇ ਦੇ ਵਿੱਚ ਦੀ ਹੋ ਕੇ ਜਾਂਦੀ ਆ ਉਹਦੇ ਵਿੱਚ ਸੀਟਸ ਕਾਫੀ ਫ੍ਰੀਪ ਹੁੰਦੀਆਂ ਨੇ ਐਜ਼ ਕੰਪੇਅਰ ਟੂ ਸੱਚਖੰਡ ਉਹਦੇ ਵਾਲੀ ਹਾਂਜੀ ਤੇ ਇੱਕ ਹੋਰ ਮਤਲਬ ਇੱਥੇ ਸੁਜੈਸ਼ਨ ਦੇਣਾ ਸੀਗਾ ਜ਼ਿਆਦਾਤਰ ਜਦੋਂ ਆਪਾਂ ਅਮਰਸਰ ਤੋਂ ਸੌਰੀ ਲੁਧਿਆਣੇ ਤੋਂ ਨਦੇੜ ਸਾਹਿਬ ਦੀ ਆਪਾਂ ਟਿਕਟ ਬੁੱਕ ਕਰਨ ਦੀ ਆਪਸ਼ਨ ਚੂਜ਼ ਕਰਦੇ ਆ ਉਹ ਆਪਾਂ ਨੂੰ ਕਹਿ ਦਿੰਦੇ ਆ ਕਿ ਸੀਟ ਨਹੀਂ ਹੈਗੀ ਤੇ ਐਵੇਂ ਕਰਕੇ ਬਠਿੰਡੇ ਤੋਂ ਆ ਜਦੋਂ ਬਠਿੰਡੇ ਤੋਂ ਆਪਾਂ ਕਰਦੇ ਆਗੇ ਨਦੇੜ ਸਾਹਿਬ ਦੀ ਉਹ ਸੀਟ ਨਹੀਂ ਦਿਖਾਉਂਦੇ ਹੈਗੇ ਇਹਦੋਂ ਬੈਸਟ ਆਪਸ਼ਨ ਹੈਗੀ ਤੁਸੀਂ ਗੰਗਾ ਨਗਰ ਤੋਂ ਜਾਂ ਅਮਰਸਰ ਤੋਂ ਕਰੋ ਜਿੱਦੋਂ ਪਿਛਲੇ ਸਟਾਪ ਤੋਂ ਕਰਦੇ ਆ ਤੁਹਾਨੂੰ ਸੀਟ ਦੇ ਦਿੰਦੇ ਨੇ ਤੇ ਮਤਲਬ ਤੁਸੀਂ ਆਪਣੇ ਹਿਸਾਬ ਨਾਲ ਚੈੱਕ ਕਰ ਸਕਦੇ ਹੋ ਵੀ ਜਿਵੇਂ ਮੰਨ ਲਓ ਅਸੀਂ ਲੁਧਿਆਣੇ ਉਤਰਨਾ ਵਾ ਵੀ ਜੇ ਆਪਾਂ ਨੂੰ ਲੁਧਿਆਣੇ ਦੀ ਨਹੀਂ ਮਿਲ ਰਹੀ ਆਪਾਂ ਖੰਨਾ ਭਰ ਕੇ ਦੇਖ ਲਈਏ ਜਾਂ ਜਲੰਧਰ ਭਰ ਕੇ ਦੇਖ ਲਈਏ ਜਾਂ ਅਮਰਸਰ ਭਰ ਕੇ ਦੇਖ ਲਈਏ ਸੋ ਉਹਦੇ ਨਾਲ ਤੁਹਾਡਾ ਉਹ ਕਈ ਵਾਰੀ ਚੀਜ਼ ਚੱਲ ਪੈਂਦੀ ਹੈ ਕਿਉਂਕਿ ਹਰੇਕ ਸਟੇਸ਼ਨ ਨੂੰ ਕੁਝ ਮੇਰੇ ਖਿਆਲ ਵਿੱਚ ਸੀਟਸ ਅਲਾਟ ਕਰਦੇ ਹੋਣਗੇ ਸੋ ਉਸ ਤੋਂ ਨਾਲ ਤੁਸੀਂ ਆਪਣਾ ਦੇਖ ਲਿਓ ਤੇ ਬੈਸਟ ਗੱਲ ਉਹੀ ਆ ਵੀ ਆਪਣਾ ਥੋੜੀ ਪਹਿਲਾਂ ਪਲੈਨਿੰਗ ਹੋਵੇ ਤਾਂ ਉਹਦੇ ਵਾਰ ਕੀ ਰੀਸ ਨਹੀਂ ਹੈ ਕਿ ਤੁਹਾਨੂੰ ਸੀਟਸ ਇਕੱਠੀਆਂ ਮਿਲ ਜਾਂਦੀਆਂ ਨੇ ਜਦੋਂ ਆਪਾਂ ਬਿਲਕੁਲ ਟਾਈਮ ਤੇ ਕਰਦੇ ਆ ਤਾਂ ਸੀਟਸ ਕਈ ਵਾਰ ਕਨਫਰਮ ਨਹੀਂ ਹੁੰਦੀਆਂ ਹੈਗੀਆਂ ਦੂਰ ਦੂਰ ਸੀਟਸ ਮਿਲਦੀਆਂ ਨੇ ਫਿਰ ਆਪਾਂ ਵਿੱਚ ਆ ਕੇ ਐਡਜਸਟ ਕਰਦੇ ਆ ਤੇ ਥੋੜੀਆਂ ਮਹਿੰਗੀਆਂ ਮਿਲਦੀਆਂ ਨੇ ਹਨਾ ਨਹੀਂ ਮਹਿੰਗੀਆਂ ਦਾ ਤਾਂ ਜੀ ਸਿਰਫ ਐਵੇਂ ਆ ਜਦੋਂ ਤਤਕਾਲ ਚ ਲੈਣੇ ਆ ਨਾ ਉਦੋਂ ਮਹਿੰਗੀ ਪੈਂਦੀ ਆ ਜਿਵੇਂ ਆਪ ਦੁਸ਼ਹਿਰੇ ਦੀਵਾਲੀ ਤੇ ਤੇ ਹੋਲੇ ਮੱਲੇ ਤੇ ਜਾਂਦੇ ਆ ਉਦੋਂ ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ ਮਤਲਬ ਸੰਘਰ ਜਾਂਦੀ ਹੈਗੀ ਹਜੂਰ ਸਾਹਿਬ ਤੇ ਉਦੋਂ ਸੀਟ ਮਿਲਨੀ ਹੈ ਜਿਹੜੀਆਂ ਥੋੜੀਆਂ ਮੁਸ਼ਕਲ ਹੁੰਦੀਆਂ ਨੇ ਫਿਰ ਉਹ ਜੇ ਤੁਸੀਂ ਇਹਨਾਂ ਦਿਨਾਂ 'ਚ ਜਾਣਾ ਫਿਰ ਤੁਸੀਂ ਕੋਸ਼ਿਸ਼ ਕਰੋ 2 ਮਹੀਨੇ ਪਹਿਲਾਂ ਮਹੀਨਾ ਪਹਿਲਾਂ ਦਿਨ ਮਹੀਨੇ ਪਹਿਲਾਂ ਬੁਕਿੰਗ ਕਰੋ ਫਿਰ ਤੁਹਾਡੀਆਂ ਸੀਟਸ ਆਜੇ ਤੁਸੀਂ ਪੰਜ ਛੇ ਜਾਣੇ ਨੇ ਜਾਣਾ ਇਕੱਠੀਆਂ ਮਿਲ ਜਾਣਗੀਆਂ ਹੁਣ ਅਸੀਂ ਦੁਸ਼ਹਿਰੇ ਦੇ ਨੇੜੇ ਗਏ ਸੀਗੇ ਸਾਨੂੰ ਸੀਟਸ ਇਕੱਠੀਆਂ ਨਹੀਂ ਸੀ ਮਿਲੀਆਂ ਤੇ ਫਿਰ ਸਾਨੂੰ ਥੋੜੀ ਜੀ ਪ੍ਰੋਬਲਮ ਆਈ ਸੀ ਕਿਉਂਕਿ ਜਦੋਂ ਫੈਮਿਲੀ ਹੁੰਦੀ ਆ ਇਕੱਠੇ ਆਂਗੇ ਆਪਾਂ ਨੂੰ ਖਾਣਾ ਪੀਣਾ ਵੀ ਸ਼ੇਅਰ ਕਰਨਾ ਸੌਖਾ ਹੋ ਜਾਂਦਾ ਹੋਰ ਕੁਐਸਚਨ ਸੀਗਾ ਵੀ ਸੀਟਸ ਬੁੱਕ ਕਿਵੇਂ ਕਰਨੀਆਂ ਨੇ ਅਸੀਂ ਤੁਹਾਨੂੰ ਦੱਸਦੇ ਆਂ ਵੀ ਅਸੀਂ ਕਿੱਥੋਂ ਕੀਤੀਆਂ ਨੇ ਮੈਂ ਕਿ ਨਹੀਂ ਕੀਤੀਆਂ ਨੇ ਹੁਣ ਪਤਾ ਲੱਗਿਆ ਵੀ ਕਿੱਦਾਂ ਕਰਨੀਆਂ ਤਤਕਾਲ ਵੀ ਇਹ ਨਹੀਂ ਕੀਤੀਆਂ ਨੇ ਬਟ ਬਹੁਤ ਐਪਲੀਕੇਸ਼ਨਸ ਨੇ ਮੇਰੇ ਖਿਆਲ ਤੁਸੀਂ ਆਨਲਾਈਨ ਸਰਚ ਕਰ ਸਕਦੇ ਹੋ ਜੇ ਤੁਹਾਨੂੰ ਆਪ ਨਹੀਂ ਆਉਂਦਾ ਬੱਚਿਆਂ ਨੂੰ ਪੁੱਛ ਲਓ ਜਾਂ ਤੁਸੀਂ ਬਾਹਰੋਂ ਵੀ ਬੁੱਕ ਕਰਵਾ ਸਕਦੇ ਹੋ ਬਟ ਬਾਹਰੋਂ ਥੋੜੀ ਮਹਿੰਗੀ ਪੈ ਜਾਊ ਜੇ ਤੁਸੀਂ ਆਪ ਕਰਦੇ ਹੋ ਤਾਂ ਤੁਹਾਨੂੰ ਥੋੜੀ ਜੀ ਸਸਤੀ ਮਿਲ ਜੂਗੀ ਤੇ ਮੈਂ ਕਿੱਥੋਂ ਕਰਾਂ ਇਸੀ ਬੁੱਕ ਤੇ ਵੈਸੇ ਜੀ ਟ੍ਰੇਨ ਵਾਲਿਆਂ ਦੀ ਆਪਣੀ ਵੀ ਐਪ ਹੈਗੀ ਹੈ ਕਿ ਮੈਨੂੰ ਹੁਣ ਉਹਦਾ ਨਾਮ ਵੀ yaad ਨਹੀਂ ਹੈਗਾ ਕਿਉਂਕਿ ਮੈਂ ਉਹਨੂੰ ਯੂਜ਼ ਨਹੀਂ ਕਰਦੀ ਹੈਗੀ ਮੈਂ ਜ਼ਿਆਦਾਤਰ ਪੇਪੀਅਮ ਨੂੰ ਹੀ ਯੂਜ਼ ਕਰਦੀ ਆਂ ਜੀ ਪਲੇਨ ਦੀਆਂ ਟਿਕਟ ਲਈ ਵੀ ਤੇ ਟ੍ਰੇਨ ਦੀਆਂ ਲਈ ਵੀ ਤੇ ਬੱਸ ਦੀਆਂ ਲਈ ਵੀ ਮੈਂ ਬੱਸ ਦੀ ਟਿਕਟ ਵੀ ਜ਼ਿਆਦਾਤਰ ਬੁੱਕ ਕਰਕੇ ਜਾਨੀ ਹੁੰਦੀ ਨੇ ਉਹ ਬੈਸਟ ਆਪਸ਼ਨ ਰਹਿੰਦੀ ਹੈ ਵੈਸੇ ਵੀ ਆਪਾਂ ਮਤਲਬ ਪੇਟੀਮ ਸਾਰੀ ਯੂਜ਼ ਕਰਦੇ ਆ ਆਪਣੇ ਲਈ ਈਜ਼ੀ ਰਹੂਗਾ ਜਿਹਨੇ ਵੀ ਕਰਨੀ ਹੈ ਤੁਸੀਂ ਉਹਦੇ ਤੋਂ ਕਰਕੇ ਦੇਖ ਲਿਓ ਜਾਂ ਜਿਹੜੀ ਵੀ ਤੁਹਾਨੂੰ ਐਪ ਈਜ਼ੀ ਲੱਗਦੀ ਹੈ ਤੁਸੀਂ ਕਿਸੇ ਤੋਂ ਵੀ ਕਰ ਸਕਦੇ ਹੋ ਸੋ ਅਗਲਾ ਆਪਸ਼ਨ ਹੈਗਾ ਜੀ ਆਪਣਾ ਗੱਡੀ ਦਾ ਤੁਸੀਂ ਗੱਡੀ ਦੇ ਵਿੱਚ ਵੀ ਜਾ ਸਕਦੇ ਹੋ ਜਿੱਦਾਂ ਕਾਫੀ ਨੌਜਵਾਨ ਗੱਡੀ ਦੇ ਵਿੱਚ ਜਾਂਦੇ ਨੇ ਸੋ ਆਪਾਂ ਉਹਦੇ ਬਾਰੇ ਜੀ ਡਿਟੇਲ ਦੇ ਵਿੱਚ ਗੱਲ ਕਰੀਏ ਤਾਂ ਮੇਰੀ ਪਰਸਨਲ ਬਹੁਤ ਜ਼ਿਆਦਾ ਇੱਛਾ ਸੀਗੀ ਵੀ ਗੱਡੀ ਦੇ ਵਿੱਚ ਜਾਣ ਦੀ ਬਟ ਕਰਦੇ ਨਹੀਂ ਮੰਨੇ ਕਿਉਂਕਿ ਲੇਡੀਜ਼ ਨੂੰ ਬੀਬੀਆਂ ਨੂੰ ਔਖਾ ਹੋ ਜਾਂਦਾ ਉਹ ਕਹਿੰਦੇ ਸਾਡੀਆਂ ਲੱਤਾਂ ਦੁਖਣ ਲੱਗ ਗਈਆਂ ਗੋਡੇ ਦੁਖਣ ਲੱ ਬਟ ਜਿਹੜੀ ਸਾਨੂੰ ਉੱਥੇ ਇੱਕ ਇੰਟਰਸਟਿੰਗ ਚੀਜ਼ ਪਤਾ ਲੱਗੀ ਇੱਕ ਨਵੀਂ ਇਨਫੋਰਮੇਸ਼ਨ ਮਿਲੀ ਸਾਨੂੰ ਉੱਥੇ ਉੱਥੇ ਇੱਕ ਗਰੁੱਪ ਆਇਆ ਹੋਇਆ ਸੀ ਉਹ ਆਪਣੀਆਂ ਵੀਡੀਓਜ਼ ਦੇਖਦੇ ਸੀ ਅਸੀਂ ਉਹਨਾਂ ਨਾਲ ਵੀਡੀਓ ਵੀ ਬਣਾਉਣੀ ਸੀ ਕਿਉਂਕਿ ਉਹਨਾਂ ਨੇ ਪੂਰੀ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦੇਣੀ ਸੀਗੀ ਉਹ ਪੰਜਾਬ ਤੋਂ ਆਇਆ ਹੋਇਆ ਸੀ ਜੀ ਟੈਂਪੋ ਟਰੈਵਲਰ ਕਰਕੇ ਉਹਦੇ ਵਿੱਚ 13 ਜਾਣੇ ਸੀ 10 ਬੀਬੀਆਂ ਤਿੰਨ ਮੁੰਡੇ ਤੇ ਇੱਕ ਡਰਾਈਵਰ ਤੇ ਉਹਨਾਂ ਦਾ ਟੋਟਲ ਖਰਚਾ 1 ਲੱਖ ਦਾ ਕੀਤਾ ਹੋਇਆ ਸੀ ਉਹਨਾਂ ਨੇ ਓਕਾ-ਪੁਕਾ ਵੀ 1 ਲੱਖ ਦੇ ਵਿੱਚ ਆਉਣ ਜਾਣ ਦਾ ਸਾਰਾ ਖਰਚਾ ਉਹ ਆਈ ਥਿੰਕ ਟੋਟਲ ਮਹੀਨੇ ਦਾ ਟ੍ਰਿਪ ਸੀਗਾ ਸੋ ਉਹਦੀ ਜਿਹੜੀ ਇੱਕ ਮੇਰੇ ਖਿਆਲ ਚ ਇੱਕ ਐਡਵਾਂਟੇਜ ਵੀ ਹੋ ਜਾਂਦੀ ਹੈ ਜਦ ਤੁਸੀਂ ਹਜੂਰ ਸਾਹਿਬ ਆਉਣੇ ਤੁਸੀਂ ਲੋਕਲ ਗੁਰਦੁਆਰਾ ਸਾਹਿਬ ਘੁੰਮਣੇ ਆ ਨਾਨਕ ਚਿਰੇ ਜਾਣਾ ਜਾਂ ਕਿਤੇ ਵੀ ਜਾਣਾ ਜੇ ਤੁਸੀਂ ਰਹਿਣਾ ਵੀ ਆ ਉੱਥੇ ਤਾਂ ਤੁਹਾਡੇ ਕੋਲ ਆਪਣੀ ਗੱਡੀ ਹੈਗੀ ਆਪਣਾ ਡਰਾਈਵਰ ਹੈਗਾ ਤੁਸੀਂ ਜਾ ਸਕਦੇ ਹੋ ਤੁਹਾਨੂੰ ਉਹਦਾ ਕੋਈ ਐਡੀਸ਼ਨਲ ਖਰਚਾ ਨਹੀਂ ਪੈਣਾ ਹੈਗਾ ਤੇ ਜਿੱਦਾਂ ਪੁਰਾਣੇ ਟਾਈਮ ਦੇ ਵਿੱਚ ਜਿੱਦਾਂ ਮੈਂ ਸਿੰਘਾਂ ਤੋਂ ਸੁਣਿਆ ਸੀ ਵੀ ਭਾਈ ਰਣਜੀਤ ਸਿੰਘ ਹੋਣੀ ਗੱਡਿਆਂ ਤੇ ਗੁਰੂ ਸਾਹਿਬ ਦੇ ਸਰੂਪ ਮਤਲਬ ਕਿ ਪ੍ਰਕਾਸ਼ ਕਰਕੇ ਕੀਰਤਨ ਕਰਦੇ ਆਨੰਦਪੁਰ ਸਾਹਿਬ ਤੋਂ ਲੈ ਕੇ ਹਜ਼ੂਰ ਸਾਹਿਬ ਤਾਂ ਗਏ ਸੀ ਜਿਹੜੇ ਰਾਸਤੇ ਗੁਰੂ ਸਾਹਿਬ ਗਏ ਸੀ ਸੋ ਮੇਰੀ ਪਰਸਨਲ ਉਹ ਬਹੁਤ ਇੱਛਾ ਵੀ ਕਦੇ ਨਾ ਕਦੇ ਜ਼ਿੰਦਗੀ ਦੇ ਵਿੱਚ ਟੂਰ ਕੱਢੀਏ ਜਿੱਥੋਂ ਗੁਰੂ ਸਾਹਿਬ ਤੁਰੇ ਸੀ ਸਾਰੇ ਉਹ ਰਾਸਤੇ ਉਹ ਸਥਾਨਾਂ ਦੇ ਉੱਤੇ ਜਾਣਾ ਜਿੱਥੇ ਉਹਨਾਂ ਨੇ ਰੁਕੇ ਉਹ ਇਤਿਹਾਸ ਸਾਰੇ ਦੇਖਣੇ ਉਹ ਗੁਰਦੁਆਰਿਆਂ ਦੇ ਦਰਸ਼ਨ ਕਰਨੇ ਸੋ ਇਹ ਵੀ ਇੱਕ ਆਪਸ਼ਨ ਹੈਗਾ ਗੱਡੀ ਦਾ ਆਪਸ਼ਨ ਦਾ ਖਰਚਾ ਇਦਾਂ ਪੈ ਜਾਂਦਾ ਵਾ ਇੱਕ ਤਾਂ ਤੇਲ ਦੀਆਂ ਕੀਮਤਾਂ ਤੇ ਆ ਗੱਡੀ ਕਿਹੜੀ ਆ ਤੁਹਾਡੀ ਛੋਟੀ ਗੱਡੀ ਆ ਵੱਡੀ ਗੱਡੀ ਆ ਤੇ ਤੁਸੀਂ ਰੂਟ ਕਿਹੜਾ ਲੈ ਕੇ ਚੱਲੇ ਹੋ ਤੁਸੀਂ ਛੇਤੀ ਵਾਲਾ ਰੂਟ ਲੈ ਕੇ ਚੱਲੇ ਹੋਗੇ ਤੁਸੀਂ ਉਹ ਰੂਟ ਲੈ ਕੇ ਚੱਲੇ ਹੋਗੇ ਤੁਸੀਂ ਸਾਰੇ ਨਾਲ ਦੇ ਵਾਲੇ ਦੜ ਜਿਹੜੇ ਲੋਕਲ ਗੁਰਦੁਆਰਾ ਸਾਹਿਬ ਉਹਨਾਂ ਦੇ ਜਿੱਦਾਂ ਕਿ ਗਵਾਲੀਅਰ ਦੇ ਵਿੱਚ ਵੀ ਜਾ ਸਕਦੇ ਨੇ ਗਵਾਲੀਅਰ ਦਾ ਕਿਲਾ ਦੇਖਣਾ ਉੱਥੇ ਤੇ ਗੁਰਦੁਆਰਾ ਸਾਹਿਬ ਦੇਖਣੇ ਜਾਂ ਰਾਸਤੇ ਦੇ ਵਿੱਚ ਥੋੜਾ ਬਹੁਤਾ ਹੋਰ ਘੁੰਮਣਾ ਫਿਰਨਾ ਵਾ ਸੋ ਇਹ ਵੀ ਇੱਕ ਮੇਰੇ ਖਿਆਲ ਚ ਵਧੀਆ ਆਪਸ਼ਨ ਆ ਬਟੇ ਮੇਰੇ ਖਿਆਲ ਚ ਇਹਨੇ ਮੁੰਡੇ ਨੌਜਵਾਨ ਨੇ ਉਹਨਾਂ ਆਪਣਾ ਸਮਾਨ ਬਹੁਤ ਜ਼ਿਆਦਾ ਲੈ ਕੇ ਜਾ ਸਕਦੇ ਹੋ ਜੇ ਤੁਹਾਨੂੰ ਜ਼ਰੂਰਤ ਆ। ਹੁਣ ਗੱਲ ਕਰਦੇ ਆਪਾਂ ਜੀ ਰੈਣ ਵੀ ਉੱਥੇ ਸਰਾਵਾਂ ਦੀ। ਸਰਾਵਾਂ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਆ ਜਿੰਨਾ ਕਹਦੋ ਉਹਨਾਂ ਵਧੀਆ ਪ੍ਰਬੰਧ ਕੀਤਾ ਹੋਇਆ। ਜਿਹੜੇ ਉੱਥੇ ਬਾਬਾ ਬਲਵਿੰਦਰ ਸਿੰਘ ਜੀ, ਬਾਬਾ ਨਰਿੰਦਰ ਸਿੰਘ ਜੀ ਉਹਨਾਂ ਦੇ ਕਾਰ ਸੇਵਾ ਦੇ ਹੇਠ ਕੰਮ ਚੱਲ ਰਿਹਾ ਸਾਰੇ ਬਹੁਤ ਵਧੀਆ ਤਰੀਕੇ ਨਾਲ ਉੱਥੇ ਆਰਗੇਨਾਈਜ਼ ਕਰਕੇ ਕੰਮ ਕਰ ਰਹੇ ਨੇ। ਬਹੁਤ ਵੱਡੀਆਂ ਸਰਾਵਾਂ ਬਣ ਰਹੀਆਂ ਨੇ। ਸਿੰਗਲ ਪਰਸਨ ਤੋਂ ਲੈ ਕੇ 12 ਬੰਦੇ ਤੱਕ ਦਾ ਤੁਹਾਨੂੰ ਕਮਰਾ ਮਿਲ ਜਾਂਦਾ ਵਾ। ਵੱਡੇ ਵੱਡੇ ਅਪਾਰਟਮੈਂਟ ਬਿਲਡਿੰਗਸ ਵਾਂਗੂ ਬਣਾਤੀਆਂ ਹੁਣ ਇੱਕ ਬਿਲਡਿੰਗ ਦੇ ਵਿੱਚ ਸਾਡੀ ਬਿਲਡਿੰਗ ਦੇ ਵਿੱਚ ਲਗਭਗ ਮੇਰੇ ਖਿਆਲ 180 ਕਮਰੇ ਸੀ ਹੋ ਸਕਦਾ ਇਹ ਤੋਂ ਵੀ ਵੱਧ ਹੋਣ ਇਸ ਤੋਂ ਇਲਾਵਾ ਵੱਡੇ ਵੱਡੇ ਹਾਲ ਵੀ ਹੁੰਦੇ ਨੇ ਜਿੱਦਾਂ ਜੇ ਕਿਸੇ ਜਥੇ ਨੇ ਆਉਣਾ ਤੇ ਇੱਕ ਦੇ ਨਾਲ ਵਾਸ਼ਰੂਮ ਅਟੈਚ ਹੁੰਦੇ ਨੇ ਏਸੀ ਹੁੰਦਾ ਵਾ ਸੋ ਰਹਿਣ ਦੀ ਉੱਤੇ ਕੋਈ ਪ੍ਰੋਬਲਮ ਨਹੀਂ ਹੈਗੀ ਜ਼ਿਆਦਾਤਰ ਸੰਗਤ ਗੁਰਦੁਆਰਾ ਲੰਗਰ ਸਾਹਿਬ ਦੀ ਜਿਹੜੀਆਂ ਸਰਾਮਾਂ ਨੇ ਉੱਥੇ ਰਹਿੰਦੀਆਂ ਕਿਉਂਕਿ ਬੱਸਾਂ ਸਿੱਧਾ ਉੱਥੇ ਲੈ ਕੇ ਆਉਂਦੀਆਂ ਨੇ ਇਸ ਤੋਂ ਇਲਾਵਾ ਸੱਚਖੰਡ ਦੇ ਵਿੱਚ ਵੀ ਕਾਫੀ ਰੂਮਸ ਅਵੇਲੇਬਲ ਹੁੰਦੇ ਨੇ ਜਿਹੜੀ ਲੰਗਰ ਸਾਹਿਬ ਦੀਆਂ ਸਰਾਮਾਂ ਨੇ ਉਹਨਾਂ ਦੀ ਜਿਹੜੀ ਦਿਨ ਦੀ ਇੱਕ 24 ਘੰਟਿਆਂ ਦੀ ਸੇਵਾ ਵ ਉਹ ਪਤਾ ਕਰ ਲਿਓ ਸਾਨੂੰ ਪਤਾ ਨਹੀਂ ਕਿਉਂ ਕਿ ਅਸੀਂ ਉਧਰ ਸਰਾਮਾ ਬੁੱਕ ਨਹੀਂ ਕੀਤੀ ਤੇ ਜਿਹੜੀਆਂ ਸੱਚਖੰਡ ਸਾਹਿਬ ਵਾਲੀ ਥਾਂ ਤੇ ਸਰਾਮਾ ਨੇ ਉਹਨਾਂ ਦੀ ਬੁਕਿੰਗ ਤੁਸੀਂ ਆਨਲਾਈਨ ਇੱਥੋਂ ਪਹਿਲਾਂ ਹੀ ਕਰ ਸਕਦੇ ਹੋ ਇਸ ਤੋਂ ਇਲਾਵਾ ਜੇ ਫੇਰ ਵੀ ਉੱਤੇ ਬਹੁਤ ਸੰਗਤਾਂ ਰੂਮ ਨਹੀਂ ਅਵੇਲੇਬਲ ਹੈਗੇ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਟਰੱਕ ਪਾਰਕਿੰਗ ਬਹੁਤ ਸੋਹਣੀ ਆ ਤੇ ਉੱਥੇ ਵੀ ਤੁਸੀਂ ਰੂਮਸ ਲੈ ਸਕਦੇ ਹੋ ਉੱਥੇ ਰੂਮਸ ਅਵੇਲੇਬਲ ਨੇ ਪਰ ਉਹ ਐ ਆ ਵੀ ਤੁਸੀਂ ਕਹਿ ਲੋ ਵੀ ਜੇ 3-4 ਕਿਲੋਮੀਟਰ ਦੀ ਦੂਰੀ ਤੇ ਹੋਣਾ ਵਾ ਉੱਥੇ ਵੀ ਬਹੁਤ ਵਧੀਆ ਸਿਸਟਮਾ ਤੇ ਤੋਂ ਇਲਾਵਾ ਜਿਹੜੇ ਲੋਕਲ ਗੁਰਦੁਆਰਾ ਸਾਹਿਬ ਸੀ ਉੱਥੇ 20 ਸਰਾਮਾ ਬਣੀਆਂ ਹੋਈਆਂ ਨੇ ਉੱਥੇ ਵੀ ਰਹਿ ਸਕਦੇ ਤੁਸੀਂ ਜੇ ਆਪਾਂ ਨਾਨਕਚੀਰਾ ਸਾਹਿਬ ਜਾਨੇ ਉੱਥੇ ਵੀ ਰਹਿ ਸਕਦੇ ਤੁਸੀਂ ਉੱਥੇ ਵੀ ਸਰਾਮਾ ਬਣੀਆਂ ਹੋਈਆਂ ਨੇ ਜਿਹੜਾ ਰਾਸਤੇ ਦੇ ਵਿੱਚ ਗੁਰਦੁਆਰਾ ਆਉਂਦਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉੱਥੇ ਵੀ ਰਹਿਣ ਦਾ ਪ੍ਰਬੰਧ ਆ ਸੋ ਪ੍ਰਬੰਧ ਦੀ ਕੋਈ ਕਮੀ ਨਹੀਂ ਹੈਗੀ ਉੱਥੇ ਬਾਬਾ ਜੀ ਉਹ ਨਹੀਂ ਆਪਣੇ ਸਾਰੇ ਫਰ ਜਿਹੜੀ ਉੱ ਰਾਤ ਨੂੰ ਹੁੱਲੜਬਾਜੀ ਨਾ ਕਰਨੀ ਸੜਕਾਂ ਦੇ ਤੁਰਦੇ ਨਾ ਫਿਰਨਾ ਸਹੀ ਤਰੀਕੇ ਡਿਸਪਲਾਈਨ ਦੇ ਨਾਲ ਤੁਰਨਾ ਪਾਣੀ ਉੱਥੇ ਸਾਰਾ ਮੁੱਲ ਦਉਦਾ ਪਾਣੀ ਦੀ ਵਰਤੋਂ ਬਹੁਤ ਧਿਆਨ ਨਾਲ ਤੇ ਸੰਜਮ ਨਾਲ ਕਰਨੀ ਆ ਸੋ ਇਦਾਂ ਦੀਆਂ ਚੀਜ਼ਾਂ ਦਾ ਖਿਆਲ ਰੱਖਣਾ ਲੰਗਰ ਵੇਸਟ ਨਹੀਂ ਕਰਨਾ ਹੈਗਾ ਕਿੰਨੀ ਸੰਗਤ ਉੱਥੇ ਲੰਗਰ ਛੱਕਦੇ ਕਈ ਵਾਰ ਆਪਾਂ ਜ਼ਿਆਦਾ ਪਵਾ ਲੈਂਦੇ ਆ ਖਾਂਦੇ ਨਹੀਂ ਆਗੇ ਕੁਝ ਸੰਗਤ ਦੇ ਵੀ ਫਰਜ਼ ਨੇ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਉਹਦੇ ਨਾਲ ਫਿਰ ਇੱਕ ਵਧੀਆ ਮਰਿਆਦਾ ਬਣੀ ਰਹਿੰਦੀ ਆ ਤੇ ਸਾਰਾ ਸਿਸਟਮ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਤੇ ਮੈਂ ਕਹੂੰਗਾ ਘੱਟੋ ਘੱਟ ਵੀ ਤੁਸੀਂ ਜੀ ਉੱਥੇ 4 ਦਿਨ ਦਾ ਟ੍ਰਿਪ ਜ਼ਰੂਰ ਪਲ ਤੇ ਤੋਂ ਲਵ ਜਿਹੜੇ ਹੋਰ ਖਰਚੇ ਹੁੰਦੇ ਨੇ ਹੁੰਦੇ ਨੇ ਸ਼ਾਪਿੰਗ ਦੇ ਉਹ ਜ਼ਿਆਦਾਤਰ ਬੀਬੀਆਂ ਕਰਦੀਆਂ ਨੇ ਜਿੱਦਾਂ ਇੱਕ ਤਾਂ ਉੱਥੇ ਕਹਿੰਦੇ ਨੇ ਵੀ ਜਿੱਦਾਂ ਲੌਂਗ ਲੈਚੀਆਂ ਹੋ ਗਈਆਂ ਨਾਰੀਅਲ ਦਾ ਤੇਲ ਹੋ ਗਿਆ ਇਹ ਕਾਫੀ ਸਸਤਾ ਮਿਲ ਜਾਂਦਾ ਬਟ ਉਹੀ ਗੱਲ ਆ ਉੱਥੇ ਅਸੀਂ ਪੁੱਛਿਆ ਉਹ ਕਹਿੰਦੇ ਯਾਰ 150 ਰੁਪਏ ਦੀ ਪੀਪੀ ਆ ਆ 300 ਦੀ ਪੀਪੀ ਆ ਵੀ ਕੁਆਲਿਟੀ ਦਾ ਫਰਕ ਆ ਕੁਆਲਿਟੀ ਦੇ ਹਿਸਾਬ ਨਾਲ ਚੀਜ਼ਾਂ ਮਿਲਦੀਆਂ ਨੇ ਬਟ ਫੇਰ ਵੀ ਉੱਥੇ ਕੁਝ ਸਪਾਈਸਿਸ ਨੇ ਜਿਹੜੇ ਉਹ ਸਸਤੇ ਮਿਲ ਜਾਂਦੇ ਨੇ ਐਸ ਕੰਪੇਅਰ ਟੂ ਆਪਣਾ ਪੰਜਾਬ ਤੇ ਬਾਕੀ ਉਥੇ ਬੱਚਿਆਂ ਲਈ ਫਿਰ ਗਿਫਟਸ ਲੈ ਲੈਂਦੇ ਨੇ ਜਾਂ ਹੋਰ ਚੀਜ਼ਾਂ ਲੈ ਲੈਂਦੇ ਨੇ ਸੋ ਇਦਾਂ ਥੋੜੇ-ਥੋੜੇ ਬਹੁਤੇ ਖਰਚੇ ਹੋ ਜਾਂਦੇ ਨੇ ਵੀ ਐਨੀ ਇੱਕ ਵੀਡੀਓ ਸੀ ਹੋਪਫੁਲੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਗਈ ਹੋਊਗੀ ਜੇ ਤੁਹਾਡੇ ਮਨ 'ਚ ਕੋਈ ਹੋਰ ਕੁਐਸਚਨ ਹੋਵੇ ਤੁਸੀਂ ਉਹ ਵੀ ਪੁੱਛ ਸਕਦੇ ਹੋ ਤੇ ਬਾਕੀ ਜਿਹੜੇ ਕਮੈਂਟ ਸੈਕਸ਼ਨ ਦੇ ਵਿੱਚ ਆਲਰੇਡੀ ਗਏ ਹੋਏ ਨੇ ਉਹ ਆਪਣੇ ਦੱਸ ਸਕਦੇ ਨੇ ਵੀ ਅਸੀਂ ਕਿਦਾਂ ਕੀਤਾ ਸੀ ਸਾਡੇ ਕੋਈ ਹੋਰ ਸਾਤੋ ਚੀਜ਼ ਮਿਸ ਹੋ ਗਈ ਹੋਵੇ ਅਸੀਂ ਕੋਈ ਚੀਜ਼ ਗਲਤ ਦੱਸਤੀ ਹੋਵੇ ਸੋ ਤੁਸੀਂ ਦੱਸ ਸਕਦੇ ਹੋ ਤੇ ਉੱਥੇ ਆਪਣਾ ਜਾਓ ਵਧੀਆ ਤਰੀਕੇ ਨਾਲ ਕੀਰਤਨ ਸੁਣੋ ਸੇਵਾ ਕਰੋ ਪਿਆਰ ਤੇ ਸ਼ਰਧਾ ਨਾਲ ਉੱਥੇ ਆਪਣਾ ਰਹਿ ਕੇ ਆਓ ਜਿਹੜੇ ਜਾ ਕੇ ਆਉਂਦੇ ਨੇ ਜੀ ਉਹ ਵਿਭਾਗੇ ਹੁੰਦੇ ਨੇ ਜਿੱਦਾਂ ਪਹਿਲਾਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਵੀ ਕੀਤਾ ਸੀ ਮੰਮੀ ਵੀ ਦੱਸਦੇ ਸੀ ਵੀ ਜਿਹੜਾ ਜੂਰ ਸਾਹਿਬ ਜਾ ਕੇ ਦਰਸ਼ਨ ਕਰਕੇ ਆਉਂਦਾ ਹੁੰਦਾ ਸੀ ਉਹਦੇ ਰਿਸ਼ਤੇਦਾਰ ਦਾ ਪਿੰਡ ਵਾਲੇ ਉਹ ਕਹਿੰਦੇ ਪੈਰੀਆ ਤਰਾ ਹੀ ਕਹਿੰਦੇ ਹੁੰਦੇ ਸੀ ਅਸੀਂ ਵੀ ਦਰਸ਼ਨ ਕਰ ਲੇ ਸੋ ਭੁਲਚਕ ਹੋ ਗਈ ਹੋਵੇ ਉਹਦੀ ਮਾਫੀ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ